ਲੇ ਮਾਏ ਅਸੀਂ ਵੇੜਾ ਵੰਡ ਲਿਆ ਐ ਖੁਸ਼ੀਆਂ ਦਾ ਖੇੜਾ ਵੰਡ ਲਿਆ ਪੁਰਾਣੀ ਗੱਲ ਐ ਜਦ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਕੱਲ ਤਾਂ ਬਹੁਤ ਯੁੱਗ ਆ ਗਿਆ ਜੀ ਅੱਜ ਬਗਾਟੀ ਪਤਾ ਨਹੀਂ ਕਿਹੜੀ ਮਰਸੀਡੀ ਬੀ ਐਮ ਡਬਲਿਊ ਤੇ ਉਦੋਂ ਤਾਂ ਸਾਈਕਲ ਹੋਇਆ ਕਰਦੇ ਸੀ ਠੀਕ ਐ ਜੀ ਸਾਈਕਲ ਤੇ ਜਾਂਦੇ ਰਹੇ ਹਾਂ ਅਸੀਂ ਕਿਆ ਗੱਲ ਕਰਤੀ ਅਸੀਂ ਆਨੰਦਪੁਰ ਸਾਹਿਬ ਜਾਂਦੇ ਰਹੇ ਹਾਂ ਸਾਈਕਲ ਤੇ ਮਾਨ ਸਾਹਿਬ ਦੇ ਨਾਲ ਕਿਆ ਗੱਲ ਕਰਤੀ ਯਾਰ ਇੱਕ ਮੈਂ ਜ਼ਰੂਰ ਮੈਂ ਪਹਿਲਾਂ ਸੰਬੋਧਿਤ ਤੁਹਾਨੂੰ ਕਰਾਂ ਵੀ ਮੈਂ ਛੋਟੇ ਵੀਰ ਦੇ ਨਾਲ ਮੈਂ ਕਰ ਸਕਦਾ ਬਿਲਕੁਲ ਜੀ ਛੋਟਾ ਵੀਰ ਤੁਸੀਂ ਕਹਿ ਸਕਦੇ ਬਿਲਕੁਲ ਕਿਉਂਕਿ ਚੰਗਾ ਫਿਰ ਉਹਦਾ ਇੱਕ ਕੰਬੀਨੇਸ਼ਨ ਜਿਹੜਾ ਕਮਿਊਨੀਕੇਸ਼ਨ ਉਸਦੀ ਕਿੰਨਾੜੀ ਉਸਦੀ ਬਲ ਤੇ ਵੱਡੇ ਵੀਰ ਗੱਲ ਇਸ ਤਰ੍ਹਾਂ ਹੈ ਇੱਕ ਵਾਰ ਗਿਆ ਦੋ ਵਾਰ ਤਿੰਨ ਵਾਰ ਨਹੀਂ ਚਾਰ ਵਾਰ ਨਹੀਂ ਪੰਜ ਵਾਰ ਨਹੀਂ ਕਿੰਨੀ ਵਾਰ 11 ਨਹੀਂ ਫਿਰ ਪੰਜਾਬ ਦੇ ਮੁੱਦੇ ਬਾਰੇ ਕੋਈ ਗੱਲ ਕਦੀ ਹੋਈ ਨਹੀਂ ਪੰਜਾਬ ਦੇ ਮੁੱਦੇ ਬਾਰੇ ਤੁਸੀਂ ਮੈਨੂੰ ਸਿੱਧਾ ਇਹ ਤੰਗ ਕਰਦਾ ਆਉਂਦੇ ਆਂ ਹੀ ਤੁਹਾਨੂੰ ਪੂਰੀ ਨੌਲੇਜ ਹੋਣੀ ਜ਼ਰੂਰੀ ਹੈ ਹੁਣ ਮੈਂ ਉਹਨਾਂ ਦੇ ਕਨੇਡੀ ਚੜ੍ਹ ਜਾ ਦੱਸੋ ਅਗਲਾ ਨਹੀਂ ਮੰਨਦਾ ਤੇ ਮੈਂ ਹੁਣ ਮੈਂ ਸੁ ਕੀ ਕਰ ਸਕਦਾ ਤੁਸੀਂ ਮਤਲਬ ਪੰਜਾਬ ਦੇ ਮੁੱਦਿਆਂ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਕੋਲ ਗਏ ਸੀ ਬਿਲਕੁਲ ਗਏ ਰਹੇ ਆ ਇਹ ਤਾਂ ਜਨਤਾ ਨੂੰ ਵੀ ਚਾਹੀਦਾ ਵੀ ਦੇਖੋ ਮੰਤਰੀ ਹਮੇਸ਼ਾ ਗਲਤ ਨਹੀਂ ਹੁੰਦਾ ਅੰਗਰੇਜ਼ੀ ਇੱਕ ਪਾਜ ਹੈ ਜਿਹਨੂੰ ਅਸੀਂ ਇਹ ਬੱਚੇ ਅੱਜ ਕੱਲ ਦੇ ਜਿਹੜੇ ਸਾਡੇ ਪੰਜਾਬ ਦੇ ਨੇ ਇਹਨਾਂ ਨੇ ਬੜਾ ਹਵਾ ਬਣਾਇਆ ਵੀ ਆਇਲਟਸ ਕਰਨੀਆਂ ਸੀ ਆਇਲਸ ਕਹਿ ਰਹੇ ਨੇ ਨੇ ਆਇਲਸ ਸੌਖੀ ਆ ਕਿ ਨਹੀਂ ਬਹੁਤ ਸੌਖੀ ਆ ਜੀ ਸੌਖੀ ਆ ਤੁਸੀਂ ਕੀਤੀ ਹੋਈ ਹੈ ਕਮਾਲ ਕੀਤੀ ਹੋਈ ਉਹ ਉਹ ਮੁੱਦਾ ਨਹੀਂ ਹੈ ਤੁਹਾਡੇ ਕਿੰਨੇ ਬੈਂਡ ਆ ਜੀ ਮੈਂ ਜਦ ਉੱਥੇ ਪਹੁੰਚਿਆ ਕੈਲੀਫੋਰਨੀਆ ਦੇ ਵਿੱਚ ਜਾ ਕੇ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਬੱਚੇ-ਬੱਚੇ ਅੰਗਰੇਜ਼ੀ ਬੋਲ ਰਹੇ ਨੇ ਉਹਨਾਂ ਨੇ ਅੰਗਰੇਜ਼ਾਂ ਦੇ ਬੱਚੇ ਬੱਚੇ ਅੰਗਰੇਜ਼ੀ ਛੋਟੇ ਛੋਟੇ ਬੱਚੇ ਬੋਲ ਰਹੇ ਉਹ ਮਹਾਰਾਜ ਉਹਨੀਆਂ ਦਾ ਤਾਂ ਭਾਸ਼ਾ ਹੈ ਦੁਨੀਆ ਤੇ ਕਰੋਪੀ ਆਈ ਰਹੀ ਹੈ ਤੇ ਮੈਂ ਜਦੋਂ ਟੀਕੇ ਲੱਗੇ ਨੇ ਟੀਕੇ ਲੱਗੇ ਟੀਕੇ ਲੱਗੇ ਨੇ ਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਆ ਇਹ ਇਨਸਾਨ ਦਾ ਮੋਢਾ ਜਿਹੜਾ ਸਭ ਤੋਂ ਪਹਿਲਾਂ ਉੱਤੇ ਜਿਵੇਂ ਦੁੱਧ ਦਾ ਟੀਕਾ ਲੱਗਦਾ ਰਿਹਾ ਪਹਿਲਾਂ ਤੇ ਮੈਂ ਲਵਾਉਂਦਾ ਰਿਹਾ ਜੀ ਹੋਰ ਤਾਂ ਬੂਸਟ ਵੀ ਮੈਂ ਮੋਢਾ ਵਰਕੇ ਕੀਤਾ ਜੀ ਤੁਸੀਂ ਸਭ ਤੋਂ ਪਹਿਲਾਂ ਕਿਉਂ ਜਨਤਾ ਸਾਡੀ ਜਿਹੜੀ ਆ ਅਸੀਂ ਸੇਵਕ ਹੈ ਕਿਆ ਫਾਇਦਾ ਹੈ ਉਹਦਾ ਹੁਣ ਜਾਣ ਦੇ ਰਿਹਾ ਕੋਈ ਕਿਆ ਹੈ ਉਸ ਚੀਜ਼ ਦਾ ਫਾਇਦਾ ਹੈ ਅਸੀਂ ਤਾਂ ਬਾਂਵਾ ਵੀ ਪੜਵਾਈਆਂ ਜੀ ਮੈਂ ਕਿਆ ਗੱਲ ਕਰਦੀ ਤੁਸੀਂ ਮੈਂ ਦੱਸ ਦੋਜੀ ਬਣ ਜਾ ਯਾਰ ਹੈ ਮੈਂ ਰੋਜ਼ ਦੁੱਧ ਪਾਰ ਦੇ ਦੇਖੋ ਦੋਜੀ ਦਾ ਕੰਮ ਕੀ ਹੈ ਕੋਈ ਛੁੱਟੀ ਨਹੀਂ ਹੈ ਕੋਈ ਮੀ ਹੈ ਕੋਈ ਕਣੀ ਹੈ ਕੁਛ ਵੀ ਹੈ ਬਾਂਵਾ ਬਚਾੜਾ ਜੇ ਦੋਜੀ ਦਾ ਦੁੱਧ ਪੋਣਾ ਹੈ ਯਾਰ ਦੇਖੋ ਯਾਰ ਇਹ ਇਹ ਵਾਈਟ ਹਾਊਸ ਹੈ ਯਾਰ ਹਾਂ ਇਹ ਪਹਿਲਾਂ ਗਰੇ ਰੰਗ ਦਾ ਹੋਇਆ ਕਰਦਾ ਸੀ ਇਹ ਜਿਹੜਾ ਵਾਈਟ ਹਾਊਸ ਅਮਰੀਕਾ ਦੇ ਵਿੱਚ ਹਾਂਜੀ ਕਿਨੇ ਕਰਿਆ ਇਹੋ ਵਾਈਟ ਕਿਨੇ ਕਰਿਆ ਕੀ ਗੱਲ ਕਰਤੀ ਯਾਰ ਨਾ ਮੈਂ ਸੋਹਰਿਆਂ ਦੀ ਮੰਨੀ ਨਾ ਮੈਂ ਪੇਕਿਆਂ ਦੀ ਮੰਨੀ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਪੰਜਾਬ ਦੇ ਉਹ ਨਾਮਵਰ ਸਾਡੇ ਹਰਮਨ ਪਿਆਰੇ ਲੀਡਰ ਸਰਦਾਰ ਸ਼ਰਨਜੀਤ ਸਿੰਘ ਸ਼ਰਨੀ ਕੀ ਗੱਲ ਕੀਆ ਦੇਖੋ ਜੀ ਪੰਜਾਬ ਦੇ ਆ ਬਹੁਤ ਵਧੀਆ ਇੱਕ ਲੀਡਰ ਵੀ ਨੇ ਤੇ ਸੰਗੀਤ ਪ੍ਰੇਮੀ ਵੀ ਨੇ ਦੇਖੋ ਗਿਟਾਰ ਵੀ ਜਿਹੜੀ ਪਲੇ ਕਰ ਲਿਆ ਕੀ ਗੱਲ ਕਰਤੀ ਤੁਸੀਂ ਇਹ ਤਾਂ ਚਲੋ ਇੱਥੇ ਪਿਆਸ ਸੀ ਤੇ ਮੈਂ ਕਿਹਾ ਚਲੋ ਜਦ ਤੱਕ ਤੁਸੀਂ ਆਉਨੇ ਹੋ ਤੇ ਗਿਟਾਰ ਜਿਹੜਾ ਆ ਗਿਟਾਰ ਭਾਈ ਉਹ ਇੱਕ ਜਿਵੇਂ ਉਹ ਕਹਾਵਤ ਹੀ ਹੈ ਨਾ ਕਿ ਪੰਜਾਬੀਆਂ ਦੇ ਹੱਥ ਨਹੀਂ ਟਿਕਦੇ ਕੀ ਬਾਤ ਆਤਾੜੀ ਦਾ ਸਟਾਈਲ ਵੀ ਬਹੁਤ ਕੀ ਬਾਤ ਹੈ ਜੀ ਅੱਛਾ ਜੀ ਤੁਸੀਂ ਇਹ ਮੈਨੂੰ ਇਜਾਜ਼ਤ ਦਿਓ ਤੇ ਮੈਂ ਤੇ ਕੀ ਕਰ ਰਹੇ ਹੋ ਅੱਜ ਫਿਰ ਥੋੜਾ ਨਾਲ ਗੱਲਾਂ ਬਾਤਾਂ ਹੀ ਕਰਾਂਗੇ ਕੁਝ ਮਿੱਠੇ ਮਿੱਠੇ ਸਵਾਲ ਕੁਝ ਤਿੱਖੇ ਵੀ ਸਵਾਲ ਕਰਾਂਗੇ ਤੇ ਸਵਾਲਾਂ ਤਿੱਖਿਆਂ ਤੋਂ ਸ਼ੁਰੂ ਕਰਦੀ ਜੀ ਚਾਹਤ ਤੇ ਉਕਰਾ ਟੀਵੀ ਵਾਲੇ ਤੁਸੀਂ ਕੀ ਬਾਤ ਹੈ ਤੇ ਤੁਸੀਂ ਇਜਾਜ਼ਤ ਦਿਓ ਤਾਂ ਪਹਿਲੇ ਤਿੱਖੇ ਸ਼ੁਰੂ ਕਰੀ ਤਿੱਖੇ ਕੋਈ ਗੱਲ ਨਹੀਂ ਯਾਰ ਦਸ ਕਮਾਲ ਹੋਗੀ ਮੈਂ ਤਾਂ ਦੇਖੋ ਮਾਫੀ ਚਾਉਣਾ ਹੂੰ ਮੀ ਮੌਸਮ ਚੇਂਜ ਹੋਇਆ ਦੇ ਕਰਕੇ ਜਿਹੜੀ ਛਿੱਕਾਂ ਚੁੱਕਾਂ ਜਿਹੜੀ ਇਸੇ ਲਈ ਮੈਂ ਥੋੜਾ ਜਿਹਾ ਮੈਂ ਬੁਖਾਰ ਹੋ ਗਿਆ ਕੱਲ ਤੇ ਆ ਕਿੱਥੇ ਸੀਗੇ ਆਪਾਂ ਮੈਂ ਕਿੱਥੇ ਸਵਾਲ ਕਰਨੇ ਨੇ ਮੈਂ ਨਹੀਂ ਨਹੀਂ ਤੁਸੀਂ ਦੇਖੋ ਜੀ ਮੈਂ ਤਾਂ ਇੱਕ ਆਮ ਜਿਹਾ ਬੰਦਾ ਐ ਇੱਕ ਗਰੀਬ ਇਨਸਾਨ ਐ ਗਰੀਬ ਆਮ ਆਦਮੀ ਤੁਸੀਂ ਆਮ ਆਦਮੀ ਐ ਜੀ ਮੈਂ ਤੁਸੀਂ ਮੈਨੂੰ ਕੀ ਮੈਂ ਕਿੱਥੇ ਸਵਾਲ ਕਰੋਗੇ ਜ਼ਿੰਦਗੀ ਨੇ ਬਹੁਤ ਤਿੱਖਾ ਸਮਾਂ ਜਿਹੜਾ ਮੈਂ ਬਹੁਤ ਬਸਤੀਤ ਕਰ ਚੁੱਕਿਆ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੀ ਕੀ ਕਰੀਏ ਸਵਾਲ ਕਰੀਏ ਜੀ ਕੀ ਗੱਲ ਕਰਦੇ ਹੋ ਅੱਛਾ ਤੁਸੀਂ ਜਿਵੇਂ ਕਹਿੰਦੇ ਮੈਂ ਆ ਵੀ ਕਰਦਾ ਰਿਹਾ ਮੈਂ ਉਹ ਵੀ ਕਰਦਾ ਰਿਹਾ ਮੈਂ ਐਦਾਂ ਵੀ ਕੀਤਾ ਮੈਂ ਉਹਦਾਂ ਵੀ ਕੀਤਾ ਮੈਂ ਸਵਾਲ ਕਰ ਲੈਣ ਦੋ ਮੈਨੂੰ ਮੈਂ ਸੰਗੀਤ ਵੀ ਵਜਾਉਂਦਾ ਰਿਹਾ ਮੈਂ ਉਹ ਵੀ ਕਰਦ ਰਿਹਾ ਇੱਕ ਛੋਟੀ ਜੀ ਗੱਲ ਹੈ ਜੇ ਉਹ ਗੱਲ ਪੂਰਤੀ ਤੁਸੀਂ ਕਰ ਦਿੰਦੇ ਹੋ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਵੀ ਪੜਿਓ ਤੁਸੀਂ ਪੜਦੇ ਰਹੇ ਹੋ ਦੇਖੋ ਜੀ ਯਾਰਾਨਾ ਜਿਹੜਾ ਹਰੀਕ ਨਾਲ ਸਾਡਾ ਰਿਹਾ ਤੇ کیا ਗੱਲ ਕਰ ਰਹੇ ਸੀ ਆਪਾਂ ਤੁਸੀਂ ਮਾਨ ਸਾਹਿਬ ਦੇ ਨਾਲ ਪੜਿਓ ਹਾਂ ਜੀ ਪੜਦਾ ਰਹੇ ਹਾਂ ਤੇ ਆਪੋਜੀਸ਼ਨ ਦੇ ਵਿੱਚ ਤਾਂ ਚਲੋ ਹੁਣ ਹੈ ਤੇ ਬਾਕੀ ਇਨਸਾਨ ਚੰਗੇ ਨੇ ਤੇ ਕੀ ਗੱਲ ਕਰ ਰਹੇ ਤੁਸੀਂ ਯਾਰ ਅਸੀਂ ਇਕੱਠੇ ਪੜਦੇ ਰਹੇ ਹਾਂ ਹਾਂ ਮੈਂ ਉਹਦੇ ਨਾਲ ਪੜਦਾ ਰਿਹਾ ਹਾਂ ਹਾਂ ਪੜਦੇ ਰਹੇ ਹਾਂ ਸਾਡੇ ਰਹੇ ਹਾਂ ਜਿਹੜਾ ਅਸੀਂ ਜਾਵਾਂ ਠੀਕ ਹੈ ਤੇ ਉਦੋਂ ਦੀ ਗੱਲ ਹੈ ਕਾਫੀ ਜਿਵੇਂ ਕਿ ਘਟਨਾ ਵੀ ਜਿਵੇਂ ਯਾਰ ਦੋਸਤ ਹੁੰਦੇ ਨੇ ਕਲਾਸ ਫਿਲ ਹੁੰਦੇ ਨੇ ਕੋਈ ਘਟਨਾ ਵੀ ਹੋ ਜਾਂਦੀ ਹੈ ਹਾਂ ਮੇਰਾ ਥੋੜਾ ਮੈਂ ਥੋੜਾ ਸਪੀਡ ਮੇ ਹੈ ਤੇ ਮੈਂ ਉਸਮੇ ਮੇਰਾ ਥੋੜਾ ਸਲੋ ਹੈ ਤੁਸੀਂ ਅਗਰ ਮੈਨੂੰ ਥੋੜੀ ਘਟਾ ਲਵਾ। ਘਟ ਤੁਹਾਨੂੰ ਕਰਨਾ ਪਏਗਾ। ਮੈਂ ਦੁੱਗਣ ਨਹੀਂ ਮਜਾਣਾ ਮੈਂ ਇੱਕ ਗੁਣ ਦੇ ਵਿੱਚ ਜਿਵੇਂ धागे ਨਾਤੀ ਨਾ ਕੇ ਦਿਨ ਅ धागे ਨਾਤੀ ਨਾ ਕੇ ਦਿਨ ਉਹ ਫਿਰ ਮੈਂ ਕਹਿੰਦਾ धागे ਨਾਗੇ ਨਾਤੀ ਧੰਨਾ ਠੀਕ ਹੈ ਜੀ ਤੇ ਗੱਲ ਕਰ ਰਹੇ ਸੀ ਆਪਾਂ ਮੈਂ ਇਹੀ ਗੱਲ ਕਰਦਾ ਸੀ ਕਿ ਤੁਸੀਂ ਕਿ ਮੈਂ ਆ ਕਰਦਾ ਰਿਹਾ ਮੈਂ ਉਹ ਕਰਦਾ ਰਿਹਾ ਤੁਸੀਂ ਮੈਂ ਦੇਖੋ ਜੀ ਸਰਦਾਰ ਜੀ ਮੈਂ ਉਹਨਾਂ ਨਾਲ ਜ਼ਰੂਰ ਮੈਂ ਇੱਕ ਵਾਕਿਆ ਜਿਹੜਾ ਸਾਡੇ ਨਾਲ ਸਾਂਝਾ ਪੜਦੇ ਰਹੇ ਹੋ ਤੁਸੀਂ ਉਹਦੇ ਨਾਲ ਪੜ ਪੜਤਾ ਰਹੇ ਆ ਯਾਰ ਕਿਆ ਗੱਲ ਕਰ ਤੁਹਾਡੇ ਸਾਹਮਣੇ ਮੈਂ ਹੁਣ ਜਿਵੇਂ ਕੋਈ ਗੱਲ ਕਰ ਰਿਹਾ ਹਾਂ ਇਹ ਟੀਵੀ ਤੇ ਚੱਲੇਗਾ ਤੁਹਾਡਾ ਬਿਲਕੁਲ ਜੀ ਤੇ ਕੋਈ ਮਤਲਬ ਹੈ ਯਾਰ ਕਿਆ ਤੁਸੀਂ ਵਿੱਚ ਟੋਕਦੇ ਬਹੁਤ ਹੈ ਜੀ ਸੌਰੀ ਹੈ ਇਹਦੇ ਵਾਸਤੇ ਮੈਂ ਨਹੀਂ ਸੌਰੀ ਤੁਹਾਨੂੰ ਹੋਣਾ ਵੀ ਚਾਹੀਦਾ ਤੇ ਗੱਲ ਕਰ ਰਹੇ ਆ ਆਪਾਂ ਵੀ ਪੁਰਾਣੀ ਗੱਲ ਹੈ ਜਦ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਕੱਲ ਤਾਂ ਬਹੁਤ ਯੁੱਗ ਆ ਗਿਆ ਜੀ ਅੱਜ ਬਗਾਟੀ ਪਤਾ ਨਹੀਂ ਕਿਹੜੀ ਮਰਸੀਡੀ ਬੀ ਐਮ ਡਬਲਿਊ ਤੇ ਉਦੋਂ ਤਾਂ ਸਾਈਕਲ ਹੋਇਆ ਕਰਦੇ ਸੀ ਹਮਮ ਸ਼ੋਕਲ ਠੀਕ ਹੈ ਜੀ ਸਾਈਕਲ ਤੇ ਜਾਂਦੇ ਰਹੇ ਹਾਂ ਸੀ ਕਿਆ ਗੱਲ ਕਰਤੀ ਅਸੀਂ ਆਨੰਦਪੁਰ ਸਾਹਿਬ ਜਾਂਦੇ ਰਹੇ ਹਾਂ ਸਾਈਕਲ ਤੇ ਮਾਨ ਸਾਹਿਬ ਦੇ ਨਾਲ ਕਿਆ ਗੱਲ ਕਰਤੀ ਯਾਰ ਕਮਾਲੇ ਹੋਗੇ ਹਮ ਬੜੇ ਕਹਿੰਦੇ ਨੇ ਬਹੁਤ ਸ਼ੁਰੂ ਤੋਂ ਬਚਪਨ ਤੋਂ ਹੀ ਬਹੁਤ ਜਿਹੜੇ ਮਜ਼ਾਕੀਆ ਸੀਗੇ ਮਜ਼ਾਕੀਆ ਸ਼ਰਾਰਤੀ ਬਹੁਤ ਹੋਇਆ ਕਰ ਜਿਸ ਤਰ੍ਹਾਂ ਮੈਂ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਾਂ ਤੇ ਅਸੀਂ ਲੰਗਰ ਦੀ ਲਾਈਨ 'ਚ ਬੈਠੇ ਆ ਮਾਨ ਸਾਹਿਬ ਨਾਲ ਸੀਗੇ ਮੇਰੇ ਨਾਲ ਹੀ ਸੀ ਮੇਰੇ ਖਾਬੇ ਪਾਸੇ ਨਹੀਂ ਹਾਂ ਮੇਰੇ ਸੱਜੇ ਪਾਸੇ ਜਿਹੜਾ ਇੱਕ ਮੈਂ ਜ਼ਰੂਰ ਮੈਂ ਪਹਿਲਾਂ ਸੰਬੋਧਿਤ ਤੁਹਾਨੂੰ ਕਰਾਂ ਵੀ ਮੈਂ ਛੋਟੇ ਵੀਰ ਦੇ ਨਾਲ ਮੈਂ ਕਰ ਸਕਦਾ ਬਿਲਕੁਲ ਜੀ ਛੋਟਾ ਵੀਰ ਤੁਸੀਂ ਕਹਿ ਸਕਦੇ ਜੀ ਬਿਲਕੁਲ ਕਿਉਂਕਿ ਚੰਗਾ ਫਿਰ ਉਹਦਾ ਇੱਕ ਕੰਬੀਨੇਸ਼ਨ ਜਿਹੜਾ ਕਮਿਊਨੀਕੇਸ਼ਨ ਉਸ ਤਰੀਕੇ ਨਾਲ ਹੋ ਸਟੇਬਲ ਤੇ ਵੱਡੇ ਵੀਰ ਗੱਲ ਇਸ ਤਰ੍ਹਾਂ ਹੈ ਵੀ ਉਹ ਮੇਰੇ ਸੱਜੇ ਪਾਸੇ ਬੈਠੇ ਸੀ ਤੇ ਇਹ ਤਾਂ ਖੱਬਾ ਜੀ ਇੱਧਰ ਉਹਦੇ 'ਚ ਦੇਖੇਗਾ ਨਾ ਅੱਛਾ ਅੱਛਾ ਸੱਜਾ ਲੱਗਦਾ ਹਾਂਜੀ ਮੈਂ ਤੁਹਾਡਾ ਕਾਮਨ ਸੈਂਸ ਵੀ ਜਿਹੜੀ ਤੁਹਾਡੀ ਕਾਮਨ ਸੈਂਸ ਵੀ ਕਮਾਲ ਦੀ ਹੈ ਤੇ ਇੱਕ ਮੇਰੇ ਸਾਡੇ 'ਚੋਂ ਹੀ ਸਾਡਾ ਮਿੱਤਰ ਇੱਕ ਉਹ ਵਰਤੌਣ ਲੱਗ ਗਿਆ ਦਾਲ ਵਰਤਾ ਰਿਹਾ ਸੀ ਉਹ ਦਾਲ ਵਰਤਾ ਰਿਹਾ ਤੇ ਪਤਾ ਨਹੀਂ ਨਾਲ ਜੀ ਦਾਲ ਜੀ ਦਾਲ ਜੀ ਜਿਵੇਂ ਆਪਾਂ ਲੰਗਰ ਹਾਲ 'ਚ ਦੇਖ ਤੇ ਉਹਨੂੰ ਇਹਨਾਂ ਨੇ ਟੀਚਰ ਕਰ ਅੱਛਾ ਇੱਧਰ ਬੈਠੇ ਨੇ ਇਹਨਾਂ ਨੇ ਟੀਚਰ ਕਰ ਵੀ ਭਾਈ ਇਹ ਦਾਲ ਜਿਹੜੀ ਹੈ ਨਾ ਇਹ ਹਲਾਕੇ ਪਾਇਓ ਦੱਸੋ ਇਹ ਦੇਖੋ ਉੱਥੇ ਤਾਂ ਹਾਂ ਟੁਕਾ ਟਾਕੀ ਵੀ ਹੋ ਸਕਦੀ ਸੀ ਬਿਲਕੁਲ ਬਚਪਨ ਸੀ ਬਚਪਨ ਦੀਆਂ ਗੱਲਾਂ ਨੇ ਆਪਾਂ ਆਪਾ ਪੰਜਾਬ ਦੀ ਗੱਲ ਕਰਦੇ ਹਾਂ ਤੁਸੀਂ ਜਦੋਂ ਮੁੱਖ ਮੰਤਰੀ ਸੀ ਪੰਜਾਬ ਦੇ ਹਾਂ ਸੈਂਟਰ ਦੇ ਵਿੱਚ ਤੁਸੀਂ ਜਾ ਕੇ ਪੰਜਾਬ ਵਾਸਤੇ ਕਿਹੜੀਆਂ ਮੰਗਾਂ ਤੁਸੀਂ ਉੱਥੇ ਜਾ ਕੇ ਮੰਨੀਆਂ ਜਾ ਕੇ ਕਿੰਨੀ ਵਾਰ ਤੁਸੀਂ ਦਿੱਲੀ ਪ੍ਰਧਾਨ ਮੰਤਰੀ ਕੋਲ ਗਏ ਸੀ ਤੁਸੀਂ ਜੀ ਕੀ ਗੱਲ ਕਰਤੀ ਹੈ ਕਦੋਂ ਨਹੀਂ ਗਿਆ ਰਹੇ ਇੱਕ ਵਾਰ ਗਿਆ 11 ਦੋ ਵਾਰ ਤਿੰਨ ਵਾਰ ਨਹੀਂ ਚਾਰ ਵਾਰ ਨਹੀਂ ਪੰਜ ਵਾਰ ਨਹੀਂ ਕਿੰਨੀ ਵਾਰ ਗਿਆ ਰਹੇ ਨਹੀਂ ਫਿਰ ਪੰਜਾਬ ਦੇ ਮੁੱਦੇ ਬਾਰੇ ਕੋਈ ਗੱਲ ਕਦੀ ਹੋਈ ਨਹੀਂ ਪੰਜਾਬ ਦੇ ਮੁੱਦੇ ਬਾਰੇ ਤੁਸੀਂ ਮੈਨੂੰ ਸਿੱਧਾ ਇਹ ਤੰਜ ਕਰਦਾ ਆਉਂਦੇ ਆਂ ਹੀ ਤੁਹਾਨੂੰ ਪੂਰੀ ਨੌਲੇਜ ਹੋਣੀ ਜ਼ਰੂਰੀ ਹੈ ਹੁਣ ਮੈਂ ਉਹਨਾਂ ਦੇ ਕਨੇਡੀ ਚੜ ਜਾ ਦੱਸੋ ਅਗਲਾ ਨਹੀਂ ਮੰਨਦਾ ਤੇ ਮੈਂ ਹੁਣ ਮੈਂ ਸੁ ਕੀ ਕਰ ਸਕਦਾ ਵੀਰੇ ਇਹ ਕਨੇਡੀ ਚੜਨਾ ਪ੍ਰਧਾਨ ਸਾਹਿਬ ਜਿਹੜੇ ਉੱਥੇ ਦਿੱਲੀ ਬੈਠੇ ਨੇ ਤੇ ਮੈਂ ਉਹਨਾਂ ਦੇ ਕਨੇਡੀ ਚੜ ਜਾ ਦੱਸੋ ਪ੍ਰਧਾਨ ਮੰਤਰੀ ਜਾਬ ਦੇ ਦੱਸੋ ਕੀ ਕਰ ਸਕਦਾ ਤੁਹਾਡੇ ਹੁਣ ਕਈ ਬੋਲੀਆਂ ਇਹਦੇ ਚ ਕਨੇਡੀ ਚੜ ਜਾਂ ਕੁਛ ਗਦਾੜੇ ਕਹਿ ਦਿੰਦੇ ਗਦਾੜੇ ਕਹਿ ਦਿੰਦੇ ਹੋਰ ਕਾਫੀ ਪੰਜਾਬੀ ਬੋਲੀ ਜਿਹੜੀ ਬੜੀ ਵਿਸ਼ਾਲ ਹੈ ਤੇ ਇਹ ਨਹੀਂ ਨਾ ਇਹ ਜਿਹੜੀ ਤੁਸੀਂ ਸਾਰੀ ਚੀਜ਼ਾਂ ਦੀ ਜਿਹੜੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਫੇਰ ਹੀ ਤੁਸੀਂ ਤੁਸੀਂ ਮਤਲਬ ਪੰਜਾਬ ਦੇ ਮੁੱਦਿਆਂ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਕੋਲ ਗਏ ਸੀ ਬਿਲਕੁਲ ਗਏ ਰਹੇ ਹਾਂ ਇਹ ਤਾਂ ਜਨਤਾ ਨੂੰ ਵੀ ਚਾਹੀਦਾ ਵੀ ਦੇਖੋ ਮੰਤਰੀ ਹਮੇਸ਼ਾ ਗਲਤ ਨਹੀਂ ਹੁੰਦਾ ਇਹ ਕੀ ਗੱਲ ਕਰ ਰਹੇ ਹੋ ਯਾਰ ਤੁਸੀਂ ਇਹ ਜਨਤਾ ਦਾ ਵੀ ਕਿਤੇ ਇਹ ਡੈਮੋਕਰੈਟਿਕ ਇਹ ਕੰਟਰੀ ਹੈ ਤੇ ਤੁਹਾਨੂੰ ਜਨਤਾ ਨੂੰ ਵੀ ਚਾਹੀਦਾ ਹੈ ਵੀ ਤੁਸੀਂ ਵੀ ਮੂਰੇ ਹੋ ਕੇ ਕੋਈ ਮੁੱਦੇ ਠਾਓ ਮੈਂ ਪਿੱਛੇ ਜੇ ਤੁਸੀਂ ਮੇਰੀ ਇੱਕ ਵੀਡੀਓ ਦੇਖੀ ਹੋਣੀ ਹੈ ਵੀ ਮੈਂ ਚੱਲਦੇ ਇੰਟਰਵਿਊ ਦੇ ਵਿੱਚ ਥੱਲੇ ਉਤਰ ਗਿਆ ਤੇ ਕੱਲ ਦੇ ਦਿਨ ਬੁਲਾਇਆ ਉਹਨਾਂ ਨੂੰ ਤੇ ਤਰਨਾਂ ਲਾ ਕੇ ਬੈਠੇ ਯਾਰ ਕੀ ਗੱਲ ਕਰ ਰਹੇ ਹੈ ਯਾਰ ਦੇਖੋ ਜਦ ਤੁਹਾਨੂੰ ਬੁਲਾ ਆ ਲਿਆ ਤੁਹਾਨੂੰ ਗੱਲ ਕਰ ਲਈ ਹੈ ਤੇ ਫਿਰ ਤੁਸੀਂ ਕਿਉਂ ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ ਆਪਾਂ ਕੱਲ ਗੱਲ ਕਰਾਂਗੇ ਤੁਸੀਂ ਅੱਜ ਕਿਉਂ ਬੈਠੇ ਹੋ ਤੁਸੀਂ ਅੱਜ ਬੁਲਾਇਆ ਨਾ ਮੈਨੂੰ ਨਹੀਂ ਨਹੀਂ ਉਹ ਨੀ ਸਮਝ ਗਿਆ ਜੀ ਤੁਸੀਂ ਮੀ ਕਾ ਠੀਕ ਹੈ ਜੀ ਬਿਲਕੁਲ ਇਹਨਾਂ ਦੀ ਗੱਲ ਵੀ ਬਿਲਕੁਲ ਠੀਕ ਹੈ ਜੀ ਅੱਛਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਤੁਸੀਂ ਸਾਲ ਡੇਡ ਜਿਹੜਾ ਗੈਪ ਰਿਹਾ ਉਹ ਗੈਪ ਰੇ ਪੰਜਾਬ ਦੇ ਵਿੱਚੋਂ ਗੈਪ ਰਹਿ ਗਿਆ ਤੁਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਕੀ ਐਸਾ ਕੀ ਉੱਥੇ ਦੇਖਣ ਗਏ ਸੀ ਤੁਸੀਂ ਕਹਿੰਦੇ ਸੀ ਮੈਂ ਕੁਝ ਸਿੱਖਣ ਗਿਆ ਉੱਥੇ ਨਹੀਂ ਮੈਂ ਗਿਆ ਰਹੇ ਹਾਂ ਜੀ ਦੇਖੋ ਉੱਥੇ ਦੇ ਜਿਹੜੇ ਇੱਕ ਭਾਸ਼ਾ ਹੈ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਅੰਗਰੇਜ਼ੀ ਇੱਕ ਭਾਸ਼ਾ ਹੈ ਹਾਂ ਜਿਹਨੂੰ ਅਸੀਂ ਇਹ ਬੱਚੇ ਅੱਜ ਕੱਲ ਦੇ ਜਿਹੜੇ ਸਾਡੇ ਪੰਜਾਬ ਦੇ ਨੇ ਇਹਨਾਂ ਨੇ ਬੜਾ ਹਉਆ ਬਣਾਇਆ ਵੀ ਆਇਲਟਸ ਕਰਨੀਆਂ ਸੀ ਆਇਲਸ ਕਹਿੰਦੇ ਨੇ ਆਇਲਟਸ ਸੌਖੀ ਆ ਕਿ ਨਹੀਂ ਬਹੁਤ ਸੌਖੀ ਆ ਜੀ ਸੌਖੀ ਆ ਤੁਸੀਂ ਕੀਤੀ ਹੋਈ ਹੈ ਕਮਾਲ ਕੀਤੀ ਹੋਈ ਉਹ ਉਹ ਮੁੱਦਾ ਨਹੀਂ ਹੈ ਤੁਹਾਡੇ ਕਿੰਨੇ ਬੈਂਡ ਆ ਜੀ ਕਮਾਲ ਹੋ ਕੀ ਦੱਸ ਬੈਂਡ ਨਾਲ ਕਿਆ ਕਿਆ ਕਰ ਲਾਂਗੇ ਨਹੀਂ ਚਲੋ ਫਿਰ ਅੱਛਾ ਤੁਸੀਂ ਫਿਰ ਪੰਜਾਬ ਦੇ ਇਹ ਮੈਂ ਜਦ ਉੱਥੇ ਪਹੁੰਚਿਆ ਕੈਲੀਫੋਰਨੀਆ ਦੇ ਵਿੱਚ ਜਾ ਕੇ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਬੱਚੇ-ਬੱਚੇ ਅੰਗਰੇਜ਼ੀ ਬੋਲ ਰਹੇ ਨੇ ਉਹਨਾਂ ਦੇ ਅੰਗਰੇਜ਼ਾਂ ਦੇ ਬੱਚੇ ਬੱਚੇ ਅੰਗਰੇਜ਼ੀ ਛੋਟੇ ਛੋਟੇ ਬੱਚੇ ਬੋਲ ਰਹੇ ਨੇ ਉਹ ਮਹਾਰਾਜ ਉਹਨੀਆਂ ਦਾ ਤਾਂ ਬਾਦਸ਼ਾਹ ਆ ਨਾ ਤੁਹਾਨੂੰ ਬੋਲਣੀ ਇਹ ਉਹ ਪਤਾ ਲੱਗਿਆ ਨਾ ਫਿਰ ਦੇਖੋ ਜੀ ਕੋਈ ਵੀ ਗੱਲ ਹੈ ਉਹਨੂੰ ਰਿਸਰਚ ਜਦ ਤੱਕ ਨਹੀਂ ਕਰਾਂਗੇ ਅਸੀਂ ਤੇ ਤੁਹਾਨੂੰ ਉੱਥੇ ਜਾ ਕੇ ਪਤਾ ਕਰ ਸਕਦੇ ਆ ਤੁਸੀਂ ਐਸੀ ਕਰਕੇ ਉੱਥੇ ਗਏ ਸੀਗੇ ਬਿਲਕੁਲ ਜੀ ਬਿਲਕੁਲ ਤੇ ਮੈਂ ਤੁਸੀ ਮੰਨਣਾ ਨਹੀਂ ਹੈਗਾ ਵੀ ਇੱਕ ਜਦੋਂ ਇੱਕ ਉਸ ਦੁਨੀਆ ਤੇ ਕਰੋਪੀ ਆਈ ਰਹੀ ਹੈ ਤੇ ਮੈਂ ਜਦੋਂ ਟੀਕੇ ਲੱਗੇ ਨੇ ਟੀਕੇ ਲੱਗੇ ਟੀਕੇ ਲੱਗੇ ਨੇ ਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਆ ਇਹ ਇਨਸਾਨ ਦਾ ਮੋਢਾ ਜਿਹੜਾ ਸਭ ਤੋਂ ਪਹਿਲਾਂ ਉੱਥੇ ਜਿਵੇਂ ਦੁੱਧ ਦਾ ਟੀਕਾ ਲੱਗਦਾ ਰਿਹਾ ਪਹਿਲਾਂ ਤੇ ਮੈਂ ਲਵਾਉਂਦਾ ਰਿਹਾ ਜੀ ਮੋਟਾ ਬੂਸਟ ਵੀ ਮੈਂ ਮੋਢਾ ਵਰਕੇ ਕੀਤਾ ਜੀ ਤੁਸੀਂ ਕਿਉਂ ਸਭ ਤੋਂ ਪਹਿਲਾਂ ਕਿਉਂ ਜਨਤਾ ਸਾਡੀ ਜਿਹੜੀ ਆ ਅਸੀਂ ਸੇਵਕ ਆ ਮੈਂ ਗਰੀਬ ਆਂਦਾ ਕੋਈ ਗੱਲ ਨਹੀਂ ਮੈਨੂੰ ਕੀ ਹੋ ਜਾਏਗਾ ਦੱਸੋ ਕੀ ਹੋ ਜਾਏਗਾ ਉਹ ਉਹ ਤਾਂ ਮੈਨੂੰ ਪਤਾ ਜੀ ਕਿ ਉਹ ਤੁਹਾਨੂੰ ਹੋਣਾ ਕੀ ਆ ਤਾਂ ਉਹਦਾ ਇੱਕ ਸਰਕਾਰ ਨੇ ਕਿਹਾ ਸੀਗਾ ਕਿ ਜੇ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਣਾ ਤੁਹਾਡੇ ਕੋਲ ਦੋ ਟੀਕਿਆਂ ਵਾਲਾ ਉਹ ਸਰਟੀਫਿਕੇਟ ਹੋਣਾ ਚਾਹੀਦਾ ਤੁਸੀਂ ਤਾਂ ਉਹ ਕਿਹੜਾ ਫਾਇਦਾ ਉਹਦਾ ਹੁਣ ਜਾਣ ਦੇ ਰਿਹਾ ਕੋਈ ਕੀ ਹੈ ਉਸ ਚੀਜ਼ ਦਾ ਫਾਇਦਾ ਹੈ ਅਸੀਂ ਤਾਂ ਬਾਵਾਂ ਵੀ ਪੜਵਾਈਆਂ ਤੇ ਉਹਦੇ ਚ ਉਹਦੇ ਚ ਕੀ ਫਾਇਦਾ ਹੈ ਉਹਦੇ ਚ ਦੱਸੋ ਅਛਾ ਜਿਵੇਂ ਹੁਣ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਤੁਸੀਂ ਅਸੀਂ ਇੱਥੇ ਹੀ ਆਂ ਇੱਥੇ ਇੱਥੇ ਹੀ ਆਂ ਅਸੀਂ ਜਿੱਥੇ ਨਹੀਂ ਜਾ ਰਹੇ ਤੁਹਾਡੇ ਸਾਹਮਣੇ ਹੁਣ ਮੈਂ ਦੇਖੋ ਮੈਂ ਤਾਂ ਜੀ ਦੇਖੋ ਮੈਂ ਤਾਂ ਮੱਝਾਂ ਬਾਲੀਆਂ ਮਈਆਂ ਬਾਲੀਆਂ ਦੱਸੋ ਹਾਂ ਹੈ ਹੋਰ ਵੀ ਛੱਡੋ ਯਾਰ ਤੁਸੀਂ ਮੈਂ ਕਿਆ ਗੱਲ ਕਰਦੀ ਤੁਸੀਂ ਮੈਂ ਦੱਸ ਦੋਜੀ ਬਣ ਜਾ ਯਾਰ ਹੈ ਮੈਂ ਰੋਜ਼ ਦੁੱਧ ਪਾਰੇ ਦੇਖੋ ਦੋਜੀ ਦਾ ਕੰਮ ਕੀ ਹੈ ਕੋਈ ਛੁੱਟੀ ਨਹੀਂ ਹੈ ਕੋਈ ਮੀ ਹੈ ਕੋਈ ਕਣੀ ਹੈ ਕੁਝ ਵੀ ਹੈ ਪਰ ਮੈਂ ਪਚਾੜਾ ਜੇ ਦੋਜੀ ਨੇ ਦੁੱਧ ਪੋਣਾ ਹੈ ਯਾਰ ਮੈਂ ਹੁਣ ਬਲੱਡ ਬਣਵਾ ਲਿਆ ਤੋ ਤੁਸੀਂ ਕਿਆ ਗੱਲ ਕਰਦੇ ਆ ਯਾਰ ਤੁਸੀਂ ਉਹ ਕਰ ਲਈ ਹੁਣ ਦੱਸੋ ਤੁਸੀਂ ਜਾ ਨਹੀਂ ਰਹੇ ਪੰਜਾਬ ਤੋਂ ਨਹੀਂ ਜਾ ਨਹੀਂ ਪੰਜਾਬ ਦੇ ਅਸੀਂ ਬੰਦੇ ਇਸ ਮਿੱਟੀ ਦੇ ਵਿੱਚ ਖੇਰੂ ਖੇਰੀ ਹੋ ਜਾਣਾ ਮਿੱਟੀ ਚੋਕ ਗਿਆ ਮਿੱਟੀ ਚ ਖੇਰੂ ਖੇਰ ਕਿਆ ਗੱਲ ਕਰ ਰਹੇ ਆ ਯਾਰ ਤੁਸੀਂ ਅੱਛਾ ਜਿਵੇਂ ਕਹਿਣ ਦਾ ਭਾਵ ਤੁਸੀਂ ਸਾਰੇ ਅੱਛਾ ਇੱਕ ਗੱਲ ਹੋਰ ਛੋਟੀ ਜੀ ਮੇਰੇ ਦਿਮਾਗ ਚੋਂ ਨਿਕਲ ਜਾਣੀ ਸਲਿੱਪ ਕਰ ਜਾਣੀ ਤੁਸੀਂ ਇੱਕ ਮੈਂ ਜਿਹੜਾ ਸ਼ਮਾ ਪ੍ਰਤੀਕ ਹੈਦ ਕਿਆ ਕਰਦੇ ਆ ਆਪਾਂ ਵੀ ਜਿਸ ਤਰ੍ਹਾਂ ਕੀ ਤੁਸੀਂ ਮੈਂ ਥੋੜਾ ਜਿਹਾ ਆਪਣਾ ਬਲੱਡ ਜਿਹੜਾ ਵਧਾ ਲਿਆ ਤੇ ਉਹਦੇ ਲਈ ਮੈਂ ਅ ਮਾਫੀ ਹੈ ਜੀ ਮੇਰੇ ਵੱਲ ਅੱਛਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਤੁਸੀਂ ਕਹਿੰਦੇ ਮੈਂ ਇਹ ਕਰਦਾ ਰਿਹਾ ਮੈਂ ਉਹ ਕਰਦਾ ਰਿਹਾ ਮੈਂ ਇਦਾਂ ਕੀਤਾ ਮੈਂ ਉਦਾਂ ਕੀਤਾ ਅੱਛਾ ਤੁਸੀਂ ਇੱਕ ਇੰਟਰਵਿਊ ਚ ਕਿਹਾ ਸੀ ਮੈਂ ਪੇਂਟ ਕਰਿਆ ਕਿ ਨਹੀਂ ਕਰਿਆ ਤੂੰ ਪਹਿਲਾਂ ਦੱਸੋ ਹੂੰ ਕਰਿਆ ਕਿ ਐ ਨਹੀਂ ਕਰਿਆ ਨਹੀਂ ਕੀਤਾ ਕੀ ਕਹਿ ਰਹੇ ਤੁਸੀਂ ਕਹੇ ਕਿ ਮੈਂ ਪੇਂਟ ਦਾ ਕੰਮ ਜਾਣਦਾ ਤੁਸੀਂ ਕਿਹੜਾ ਕੰਮ ਕੀਤਾ ਤੁਸੀਂ ਮੇਰੀ ਸੁਣੋ ਗੱਲ ਮੇਰੀ ਮੇਰੀ ਹੁਣ ਗੱਲ ਨੂੰ ਪੂਰੀ ਸੁਣ ਲੈਣਾ ਮੈਨੂੰ ਵਿੱਚ ਟੋਕਣਾ ਨਹੀਂ ਹੈਗਾ ਕਿਉਂਕਿ ਮੇਰਾ ਤੁਹਾਡਾ ਜਿਹੜਾ ਲਹਿਜਾ ਬਹੁਤ ਤੇਜ਼ ਹੈਗਾ ਹੁਣ ਮੈਂ ਵੀ ਮੇਰਾ ਲਹਿਜਾ ਦੇਖੋ ਮੈਨੂੰ ਤੁਸੀਂ ਆ ਪਸੀਨਾ ਪਸੀਨਾ ਆ ਗਿਆ ਮੈਨੂੰ ਪੂਰਾ ਚਲੋ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਬੁਖਾਰ ਸੀ ਤੇ ਮੈਂ ਲੋਈ ਲੈ ਕੇ ਅ ਇਸੇ ਕਰਕੇ ਤੁਹਾਡੇ ਨਾਲ ਸੰਬੋਧਿਤ ਹੋਇਆ ਤੇ ਥੈਂਕ ਯੂ ਅੱਛਾ ਅਭੀ ਮੈਂ ਗੱਲ ਕਰਦਾ ਕਿ ਤੁਸੀਂ ਕਿਹਾ ਕਿ ਮੈਂ ਪੇਂਟ ਦਾ ਕੰਮ ਵੀ ਕੀਤਾ ਹੋਇਆ ਦੇਖੋ ਯਾਰ ਕਿ ਇਹ ਵਾਈਟ ਹਾਊਸ ਹੈ ਯਾਰ ਇਹ ਪਹਿਲਾਂ ਗ੍ਰੇ ਰੰਗ ਦਾ ਹੋਇਆ ਕਰਦਾ ਸੀ ਇਹ ਜਿਹੜਾ ਵਾਈਟ ਹਾਊਸ ਅਮਰੀਕਾ ਦੇ ਵਿੱਚ ਹਾਂਜੀ ਕਿਹਨੇ ਕਰਿਆ ਇਹ ਵਾਈਟ ਕਿੰਨੇ ਕਰਿਆ? ਕੀ ਗੱਲ ਕਰਤੀ ਯਾਰ ਕਮਾਲ ਹੋ ਗਈ ਦੱਸ? ਸ਼ਰਨਜੀਤ ਸਿੰਘ ਛੰਨੀ ਨੇ ਕੀਤਾ। ਕੀ ਗੱਲ ਕਰਤੀ ਯਾਰ ਕਮਾਲ ਹੋ ਗਈ ਲੈ ਦੱਸ ਤੁਸੀਂ? ਇਹ ਤਾਂ ਬੜੀ ਮਾਣ ਦੀ ਗੱਲ ਹੈ ਜੀ ਦਰਸ਼ਕੋ ਜਿਹੜਾ ਵਾਈਟ ਹਾਊਸ ਆ ਜਿਹੜਾ ਉਹ ਪਹਿਲਾਂ ਬ੍ਰਾਊਨ ਰੰਗ ਦਾ ਹੁੰਦਾ ਸੀਗਾ ਤੇ ਕਹਿੰਦੇ ਮੈਂ ਪੇਂਟ ਵੀ ਕਰਦਾ ਰਿਹਾ ਸ਼ਰਨਜੀਤ ਸਿੰਘ ਛੰਨੀ ਕਹਿੰਦੇ ਕੋ ਵਾਈਟ ਮੈਂ ਕੀਤਾ ਪਹਿਲਾਂ ਉਹ ਭਰਾਉਨ ਰੰਗ ਦਾ ਸੀਗਾ। ਇਹ ਤਾਂ ਸਾਡੇ ਪੰਜਾਬ ਵਾਸਤੇ ਬੜੀ ਮਾਣ ਦੀ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਸਾਡੇ ਪੰਜਾਬ ਵਾਸਤੇ। ਤੁਸੀਂ ਕਹਿੰਦੇ ਹਸਾ ਵੀ ਲੈਣ ਮੈਂ ਮਜ਼ਾਕ ਕਰ ਰਿਹਾ ਜੀ ਮੈਂ ਥੋੜਾ ਬਹੁਤ ਚਲੋ ਬਣਾ ਰਿਹਾ ਥੋੜਾ ਗਰਮ ਹੋ ਗਿਆ ਸੀਗਾ ਜਿਹੜਾ ਆਪਣਾ ਇੰਟਰਵਿਊ ਤੇ ਮੈਂ ਸੋਚਿਆ ਵੀ ਥੋੜਾ ਜਿਹਾ ਹਾਸਾ ਜਿਹੜਾ ਇੰਟਰਵਿਊ ਹਾਂ ਤੁਸੀਂ ਹਸਾ ਵੀ ਲੈਣ ਕਹਾਂ ਗਿਆ ਉਸੇ ਢੂੰਡ ਹਾਂ ਜੀ ਕੀ ਗੱਲ ਕਰ ਰਹੇ ਸੀ ਤੁਸੀਂ ਮਤਲਬ ਹਸਾ ਵੀ ਲੈਂਦੇ ਹੋ ਜੇ ਹਾਸਾ ਨਾ ਆਵੇ ਫਿਰ ਤੁਸੀਂ ਕੀ ਕਰਦੇ ਹੋ ਮੈਂ ਕੋ ਇੰਟਰਵਿਊ ਅਜਾ ਤੁਸੀਂ ਏਦਾਂ ਹਸਾ ਲੈਂਦੇ ਹੋ। ਕੀ ਆ ਬਾਤ ਹੈ? ਕੀ ਗੱਲ ਕਰਤੀ ਯਾਰ? ਕਿਹੜਾ ਕੰਮ ਇੰਪੋਸੀਬਲ ਹੈ? ਸਾਰਾ ਕੁਝ ਕਰ ਲੈਂਦਾ। ਇਨਸਾਨ ਕੁਝ ਵੀ ਕਰ ਸਕਦਾ। ਛੰਨੀ ਭਾਜੀ ਜਿਹੜਾ ਸ਼ਰਨਜੀਤ ਸਿੰਘ ਛੰਨੀ ਸਾਹਿਬ ਕੁਝ ਕਰ ਲਦਾ। ਬਿਲਕੁਲ ਜੀ ਬਿਲਕੁਲ। ਯੋਗਾ। ਇਹ ਕੀ ਹੈ? ਇਹਨੂੰ ਯੋਗਾ ਕਹ ਕਿਆ ਕਰਦੇ? ਇਹ ਯੋਗਾ ਨਹੀਂ ਹੈਗਾ ਦਰਸਲ ਦੇ ਵਿੱਚ ਦਰਸ਼ਕੋ ਮੈਨੂੰ ਤਾਂ ਏਦਾਂ ਹੀ ਲੱਗਦਾ ਕਿ ਮੈਂ ਇਹਨਾਂ ਕੋਲ ਬੈਠ ਹੋਇਆ ਕਦੋਂ ਦੇ ਐਂਕਲ ਜੀ ਤੁਹਾਨੂੰ ਝੁਕਾਮ ਆ। ਮੈਨੂੰ ਮੈਨੂੰ ਗਰਮੀ ਵੀ ਲੱਗ ਰਹੀ ਹੈ। ਤੇ ਝੁਕਾਮ ਵੀ ਹੈ। ਕਿਆ ਕਰਾਇਆ ਜਾਏ ਅੱਛਾ ਜੀ ਮੈਂ ਹੁਣ ਅਖੀਰ ਦੇ ਵਿੱਚ ਤੁਸੀਂ ਕਿਤੇ ਜਾਣਾ ਤਾਂ ਨਹੀਂ ਮੈਨੂੰ ਮੈਂ ਇੱਕ ਛੋਟੀ ਜੀ ਬੇਨਤੀ ਨਹੀਂ ਮੈਂ ਮੈਂ ਕਹਿ ਨਹੀਂ ਲੱਗਿਆ ਸੀਗਾ ਤੇ ਜਿਸ ਤਰ੍ਹਾਂ ਕਿ ਨਾ ਇੱਕ ਕਮੇਟੀ ਦੀ ਬੋਲੀ ਸੀ ਕੀ ਅੱਜ ਠੀਕ ਹੈ ਜੀ ਤੇ ਫੋਨ ਕਰ ਰਹੇ ਹਾਂ ਚਲੋ ਤੁਸੀਂ 2 ਮਿੰਟ ਹੀ ਲੈਣੇ ਜੀ ਕੋਈ ਗੱਲ ਨਹੀਂ ਤੁਸੀਂ ਕਰੋ ਜੇ ਤੇ ਪਹਿਲੀ ਦੂਜੀ ਬੋਲੀਓ ਘਾਟੇ ਤੇ ਬਹੁਤ ਵਾਜ ਜਾਂਦੀ ਹੈ ਤੁਸੀਂ ਜਾਇਓ ਨਾ ਫਿਰ ਤੁਸੀਂ ਥੋੜਾ ਆ ਜਲਦੀ ਮੈਂ ਕਹਿੰਦਾ ਪਹਿਲੀ ਦੂਜੀ ਜਿਹੜੀ ਆ ਕਮੇਟੀ ਬੋਲੀ ਘਾਟੇ ਤੇ ਜਲਦੀ ਕਰ ਲੋ ਜਿਵੇਂ ਸ਼ਰਜੀਤ ਸਿੰਘ ਛੰਨੀ ਹੈ ਜਿਹੜਾ ਉਹ ਆ ਵੀ ਕਰ ਲੰਦਾ ਮੈਂ ਆ ਵੀ ਕਰ ਲੰਦਾ ਮੈਂ ਉਹ ਵੀ ਕਰ ਲੰਦਾ ਇੱਕ ਚਿਰਾਗ ਵਾਲਾ ਜਿੰਨਾ ਜਿਹੜੇ ਸਾਰੇ ਕੰਮ ਅਸੀਂ ਗਾ ਲੈਨੇ ਤੁਸੀਂ ਕੀ ਗੱਲ ਆ ਅੱਜ ਤੁਸੀਂ ਸਾਡੇ ਛੰਨੀ ਭਾਜੀ ਜਿਹੜੇ ਆ ਉਹ ਗੀਤ ਵੀ ਗਾਉਣਗੇ ਅਮਨ ਰਾਜੇ ਬੇਟਾ ਆ ਹਾਰਮੋਨੀਅਮ ਫੜਾਓ ਰਾਜਾ ਇਹ ਸਾਡਾ ਬਹੁਤ ਪਿਆਰਾ ਬੇਟਾ ਹੈ ਅੱਛਾ ਅੱਛਾ ਹਾਰਮੋਨੀਅਮ ਵੀ ਤੁਸੀਂ ਕਾਫੀ ਤਿਆਰੀ ਦੇ ਨਾਲ ਮੈਂ ਕਹਿੰਦਾ ਸੀ ਦਰਸ਼ਕਾਂ ਨੂੰ ਅੱਜ ਛੰਨੀ ਭਾਜੀ ਕੋਈ ਗੀਤ ਸੁਣਾ ਕੇ ਕਿਹੜਾ ਥੋੜਾ ਹਾਰਮੋਨ ਪਿਆਰਾ ਗੀਤ ਕਿਹੜਾ ਦੇਖੋ ਜੀ ਜਿਸ ਤਰ੍ਹਾਂ ਕਿ ਇਹ ਸੰਸਾਰ ਹੈ ਜਿੱਥੋਂ ਸ਼ੁਰੂ ਹੋਇਆ ਤੇ ਮੈਂ ਡੈਡੀਕੇਟ ਕਰਨਾ ਚਾਹਾਂਗਾ ਵੀ ਮੈਂ ਕੀ ਗੱਲ ਕਰ ਰਹੀ ਸੀ ਆ ਗੀਤ ਦੀ ਗੱਲ ਹਾਂਜੀ ਤੇ ਮਾਂ ਤੇ ਗੀਤ ਹੋਏਗਾ ਮਾਂ ਦੇ ਹੂੰ ਮਾਨ ਸਾਹਿਬ ਕੀ ਬਾਤ ਮਾਨ ਸਾਹਿਬ ਜੀ ਅੱਛਾ ਮੈਂ ਤੁਸੀਂ ਗਾਓ ਨਾ ਤੁਸੀਂ ਗਾਓ ਲੈ ਮੈਂ ਅਸੀਂ ਵੇੜਾ ਵੰਡ ਲਿਆ ਏ ਖੁਸ਼ੀਆਂ ਦਾ ਖੇੜਾ ਵੰਡ ਲਿਆ ਕਾਰ ਵੀ ਵੰਡ ਲੇ ਖੇਤ ਵੀ ਵੰਡ ਲੇ ਵੰਡ ਲਈ ਹਰ ਥਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ 10 ਕਿਵੇਂ ਵੰਡਾਂਗੇ ਕੀ ਵਾਹ ਬਹੁਤ ਕਮਾਲ ਸਾਬਕ ਅੱਛਾ ਅਰਗੇ ਨਹੀਂ ਸੁਣੋ ਨਹੀਂ ਬਹੁਤ ਹੈ ਤੁਹਾਡੀ ਕਮੇਟੀ ਦੀ ਬੋਲੀ ਲੰਗ ਜਾਣੀ ਉਸ ਤੋਂ ਪਹਿਲਾਂ ਹਾਂ ਹਾਂ ਫਕੀਰ ਦੇ ਵਿੱਚ ਥੋੜਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੰਜਾਬ ਦੇ ਮੁੱਦਿਆਂ ਬਾਰੇ ਵੀ ਗੱਲ ਕੀਤੀ ਪੰਜਾਬ ਦੇ ਹਾਲਾਤਾਂ ਬਾਰੇ ਕਿਤੇ ਨਹੀਂ ਜਾ ਰਹੇ ਹਾਂ ਇੱਥੇ ਹੀ ਹਾਂ ਇੱਥੇ ਹੀ ਕੀ ਗੱਲ ਕਰਦੇ ਤੁਸੀਂ ਇਹ ਸਾਡਾ ਹੀ ਦੇਸ਼ ਹੈ ਅਸੀਂ ਇੱਥੇ ਹੀ ਹਾਂ ਅੱਛਾ ਟੋਕਰਾ ਟੀਵੀ ਬਾਰੇ ਥੋੜਾ ਜਾ ਕੁਛ ਨਾ ਕੁਛ ਬਹੁਤ ਵਧੀਆ ਇਹਨਾਂ ਦਾ ਜਿਸ ਤਰ੍ਹਾਂ ਇੱਕ ਦੱਸਿਆ ਮੁੰਡੇ ਅੱਛੇ ਕਰਦੇ ਆ ਜਾਂ ਕੋਈ ਨਹੀਂ ਜਾਣਦਾ ਤੁਹਾਨੂੰ ਜਾਣਦੇ ਤੁਸੀਂ ਨਹੀਂ ਐਦਾਂ ਐਦਾਂ ਕਹਿਣ ਲੋਕੇ ਇਹੋ ਜਿਹਾ ਕੰਮ ਕਰੋ ਸ਼ੁਕਰੀਆ ਜੀ ਸਬਸਕ੍ਰਾਈਬ ਵਾਸਤੇ ਮੜਾ ਜਿਹਾ ਕਹਿ ਦੋ ਤੁਸੀਂ ਤੁਹਾਡੇ ਕਹਿਣ ਨਾਲ ਸਬਸਕ੍ਰਾਈਬ ਜਿਹੜਾ ਹੈ ਜਰੂਰ ਠੀਕ ਹੈ ਚੰਗਾ ਨਹੀਂ ਸਬਸਕ੍ਰਾਈਬ ਕਹਿਣਾ ਜੀ ਤੁਸੀਂ ਕਰ ਸਬਸਕ੍ਰਾਈਬ ਕਰ ਲੈਣਗੇ ਚੈਨਲ ਠੀਕ ਹੈ ਉਹ ਸੀਏ ਨਾਲ ਮੇਰੇ ਨਾਲ ਗੱਲ ਕਰੋ ਇੱਕ ਵਾਰ ਨਹੀਂ ਨਹੀਂ ਜੀ ਕਹਿਣਾ ਹੁੰਦਾ ਜੀ ਇੱਕ ਇਹ ਪ੍ਰੋਟੋਕੋਲ ਹੁੰਦਾ ਚੈਨਲ 'ਤੇ ਹਾਂ ਜਿਹੜੀ ਸੈਲਿਬ੍ਰਿਟੀ ਉਹ ਫਿਰ ਜੇ ਉਹਨਾਂ ਨੂੰ ਵਧੀਆ ਲੱਗੂਗਾ ਤੇ ਉਹ ਕਹਿ ਦਿੰਦੇ ਬਿਲਕੁਲ ਜੀ ਲੜਕੇ ਜਿਹੜੇ ਆ ਬੱਚੇ ਕੰਮ ਕਰ ਰਹੇ ਨੇ ਸਾਰੇ ਬੇਟਾ ਹੱਸ ਕੇ ਹੋ ਰਹੇ ਤੋ ਨੇ ਜੋ ਜਨਾ ਮਾਈਂਡਲੀ ਅਫਸੈਟ ਆ ਥੋੜਾ ਜਿਹਾ ਅੱਛਾ ਹਾਂਜੀ ਹਾਂਜੀ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਇਹਨਾਂ ਨੂੰ ਬਲੰਦੀਆਂ ਤੇ ਇਹ ਹੱਸ ਰਿਹਾ ਬੇਟਾ ਇਹਦੀ ਇਹਦੀ ਨਾ ਤੁਸੀਂ ਕਰਵਾਓ ਇਹਦਾ ਬੱਚੇ ਨੂੰ ਕਰੋ ਜੀ ਇਹਨੂੰ ਕੋਈ ਕੋਟਕਟਰ ਦਵਾਈ ਦਵਾਈ ਹੀ ਲੈਣ ਆਇਆ ਸੀ ਨਾਲ ਮੇਰੇ ਆ ਗਿਆ ਮੈਂ ਕਹਿੰਦਾ ਗੱਡੀ ਦਾ ਤੇਲ ਵਾਰ-ਵਾਰ ਅੱਛਾ ਨਹੀਂ ਨਾ ਲੱਗਦਾ ਇਸ ਤਰ੍ਹਾਂ ਚਲੋ ਠੀਕ ਹੈ ਜੀ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਲਓ ਸ਼ੁਕਰੀਆ ਲਵ ਯੂ ਆਲਸੋ ਟੇਕ ਕੇਅਰ ਸਸਿਕਾ ਠੀਕ ਹੈ